ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੁਹਾਡਾ ਸਵਾਗਤ ਹੈ ਸਾਡਾ ਪਿੰਡ ਚੈਨਲ ਤੇ ਅੱਜ ਤੁਹਾਨੂੰ ਆਪਾਂ ਦਿਖਾਉਨੇ ਆ ਕਿ ਬਾਈ ਮਨਮੋਹਨ ਸਿੰਘ ਨੇ ਪਿੰਡ ਬਣਵਾਲੀ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਇਹਨਾਂ ਨੇ ਰਵਾਇਤੀ ਖੇਤੀ ਦੇ ਨਾਲ ਨਾਲ ਸਹਾਇਕ ਧੰਦਾ ਬਾਗਬਾਨੀ ਸ਼ੁਰੂ ਕੀਤਾ ਹੈ ਜੋ ਕਿ ਇਹ ਪੌਦੇ ਇਹਨਾਂ ਨੇ ਲਗਭਗ 2 ਸਾਲ ਪਹਿਲਾਂ ਲਾਏ ਸੀ ਤੇ ਹੁਣ ਇਹਨਾਂ ਦੀ ਗ੍ਰੋਥ ਬਹੁਤ ਹੀ ਚੰਗੀ ਹੈ ਹੁਣ ਆਪਾਂ ਬਾਈ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਇਹ ਬਾਗ ਕਦੋਂ ਅਤੇ ਕਦੋਂ ਕਦੋਂ ਅਤੇ ਕਿਵੇਂ ਲਾਇਆ ਸਸਰੀ ਘਰ ਬਾਈ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਬਾਈ ਜੀ ਥੈਂਕ ਯੂ ਥੈਂਕ ਯੂ ਤੇ ਇਹ ਬਾਗ ਜੋ ਤੁਸੀਂ ਲਾਇਆ ਸੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲਾਇਏ ਨੂੰ ਬਾਈ ਜੀ ਇਹ ਸਪਟੰਬਰ 2018 ਚ ਲਾਇਆ ਸੀ ਤੇ ਉਦੋਂ ਇਹੀ ਸੋਚਿਆ ਸੀ ਵੀ ਪਾਣੀ ਦੀ ਆਪਣੇ ਜਿਵੇਂ ਪਤਾ ਹੈ ਕਮੀ ਹੈ ਵੀ ਕਿਉਂ ਨਾ ਆਪਾਂ ਬਾਗ ਲਾ ਲਈਏ ਕਿਉਂਕਿ ਕਾਮਿਆਂ ਦੀ ਵੀ ਕਮੀ ਰਹਿੰਦੀ ਹੈ ਤੇ ਚਲੋ ਇੱਕ ਐਕਸਟਰਾ ਇਨਕਮ ਸ਼ੁਰੂ ਹੋ ਜੂਗੀ ਤੇ ਇੱਕ ਜਿਹੜੀ ਇਨਕਮ ਹੈ ਲੰਬੇ ਟਾਈਮ ਲਈ ਚੱਲਦੀ ਰਹੂਗੀ ਤੇ ਇਹ ਪੌਦੇ ਜਦੋਂ ਤੁਸੀਂ ਲੈ ਕੇ ਆਏ ਸੀ ਕਿੱਡੇ ਸੀ ਤੇ ਭਾਈ ਜੀ ਇਹ ਜਦੋਂ ਆਪਾਂ ਲਾਏ ਆ ਉਦੋਂ 7-8 ਮਹੀਨੇ ਦਾ ਪlant ਸੀਗਾ ਤੇ 2 ਫੁੱਟ ਦਾ ਹੋਊਗਾ ਤੇ ਜੋ ਇਹ ਡ੍ਰਿਪ ਸਿਸਟਮ ਤੁਸੀਂ ਲਾਇਆ ਹੈ ਇਹ ਪਹਿਲਾਂ ਹੀ ਲਾ ਲਿਆ ਸੀ ਜਾਂ ਤੁਹਾਨੂੰ ਬਾਅਦ ਚ ਇਹਦੀ ਜ਼ਰੂਰਤ ਮਹਿਸੂਸ ਹੋਈ ਨਹੀਂ ਨਹੀਂ ਭਾਈ ਪਹਿਲਾਂ ਨਹੀਂ ਲਾਇਆ ਸੀ ਕਿਉਂਕਿ ਤੁਹਾਨੂੰ ਪਤਾ ਹੈ ਵੀ ਜਿਹੜਾ ਆਪਾਂ ਜ਼ਿੰਮੇਵਾਰ ਬੰਦੇ ਆ ਇਹ ਪ੍ਰੈਕਟੀਕਲ ਕਰ ਕਰਕੇ ਹੀ ਸਿੱਖਦੇ ਆ ਜਿੰਨੀ ਕੋਈ ਮਰਜ਼ੀ ਮੱਤ ਲਈ ਜਾਵੇ ਆਪਾਂ ਨੂੰ ਪਹਿਲਾਂ ਮੱਤ ਨਹੀਂ ਆਉਂਦੀ ਪਹਿਲਾਂ ਅਸੀਂ ਬਾਈ ਘੇਰੇ ਬਣਾ ਕੇ ਤੇ ਜਾਂ ਅਸੀਂ ਪਾਸੇ ਵਟਾਂ ਪਾ ਕੇ ਸਿੱਧਾ ਪਾਣੀ ਲਾਉਂਦੇ ਹੁੰਦੇ ਸੀ ਤੇ ਉਹਦੇ ਚ ਪਾਣੀ ਲਾਉਣਾ ਵੀ ਔਖਾ ਸੀ ਤੇ ਬਾਈ ਪਾਣੀ ਦੀ ਖਾਪ ਵੀ ਬਹੁਤ ਹੁੰਦੀ ਸੀ ਤੇ ਫੇਰ ਅਸੀਂ ਬਾਈ 6 ਮਹੀਨੇ ਦਾ ਦੇਖਿਆ ਅਥਪੱਲਾ ਜਾਂ ਮਾਰਿਆ ਵੀ ਕੰਮ ਔਖਾ ਹੈ ਤੇ ਫਿਰ ਅਸੀਂ ਇੱਕ ਦੋ ਭਰਾਵਾਂ ਨਾਲ ਸਲਾਹ ਕੀਤੀ ਤੇ ਉਹਨਾਂ ਨੇ ਆਪਾਂ ਨੂੰ ਸਲਾਹ ਦਿੱਤੀ ਬਾਈ ਕਿ ਜਦੋਂ ਬਾਗ ਲਾਉਣਾ ਹੋਵੇ ਤਾਂ ਪਹਿਲਾਂ ਹੀ ਜਾਂ ਤਾਂ ਡ੍ਰਿਪ ਸਿਸਟਮ ਲਾ ਲੇ ਤੇ ਨਹੀਂ ਫਿਰ ਉਹੀ ਗੱਲ ਹੈ ਵੀ ਡੁੱਲੇ ਮੇਰਾਂ ਦਾ ਕੁਝ ਨਹੀਂ ਵਿਗੜਿਆ ਤੇ ਅਸੀਂ ਬਾਈ ਫਿਰ ਡ੍ਰਿਪ ਸਿਸਟਮ ਲਵਾਇਆ ਤੇ ਇਹ ਜੋ ਸੀਗਾ ਬਾਗ ਤੁਸੀਂ ਇਹਦੇ ਬਾਰੇ ਕਿੱਥੋਂ ਪਤਾ ਕਰਿਆ ਤੇ ਤੁਹਾਨੂੰ ਕਿੱਥੋਂ ਸਿੱਖਿਆ ਮਿਲੀ ਇਹਦੀ ਬਾਗ ਦੇ ਬਾਰੇ ਬਾਈ ਸਟਾਰਟਿੰਗ ਚ ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਪਹਿਲਾਂ ਵੀ ਪੁਰਾਣੇ ਬਾਗ ਹੁੰਦੇ ਸੀਗੇ ਜਦੋਂ ਅਸੀਂ ਛੋਟੇ-ਛੋਟੇ ਸੀਗੇ ਕੁਝ ਜਾਣਕਾਰੀ ਤਾਂ ਆਪਣੇ ਪਰਿਵਾਰ ਨੂੰ ਪਹਿਲਾਂ ਹੈਗੀ ਆ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਬਾਈ ਫਿਰ ਜਿਹੜਾ ਨਵਾਂ ਆਪਾਂ ਨਵੀਆਂ ਤਕਨੀਕਾਂ ਜਾਂ ਕੁਝ ਵੀ ਕਹਿ ਲਈਏ ਉਹ ਆਪਾਂ ਅੱਜਕੱਲ ਨੈਟ ਵਗੈਰਾ ਸਾਰਾ ਚੱਲਦਾ ਹੀ ਆ ਉਹਦੇ ਦੇ ਸਰਚ ਕੀਤੀ ਵੀ ਬਾਈ ਕਿਵੇਂ ਲਾ ਸਕਦੇ ਆ ਜਿਵੇਂ ਹੁਣ ਆਪਾਂ ਦੂਰੀ ਰੱਖੀ ਆ ਬਾਈ ਇਹਦੀ ਕਿੰਨੂ ਦੀ 17 22 17 ਤੇ ਬੂਟਾ ਲੱਗਿਆ ਤੇ ਇਹ ਕਾਫੀ ਕਈ ਲੋਕ ਕਹਿੰਦੇ ਜੀ ਅਖੇ 20 10 ਤੇ ਲਾ ਲਓ ਕੋਈ ਕਹਿੰਦਾ 20 20 ਤੇ ਲਾ ਲਓ ਪਰ ਮੈਨੂੰ ਬਾਈ ਸਾਰਿਆਂ ਤੋਂ ਨਚੋੜ ਇਹੀ ਨਿਕਲਿਆ ਕਿ 17 17 ਵਾਲਾ ਜਿਹੜਾ ਉਹ ਸਹੀ ਹੈ ਤੇ ਫੇਰ ਬਸ ਬਾਈ ਆਪ ਹੀ ਜਾ ਕੇ ਤੇ ਪਲਾਂਟਸ ਬੁੱਕ ਕਰ ਲੇ ਤੇ ਆਪਾਂ ਫੇਰ ਬਾਈ ਆ ਲਾਏ ਸੀਗੇ ਸੈਪਟੰਬਰ ਦੇ ਵਿੱਚ 2018 ਚ ਤੇ ਤੁਸੀਂ ਇਹ ਥੋੜਾ ਬਾਗ ਲਾਉਣ ਤੇ ਕਿੰਨਾ ਕੁ ਲਗਭਗ ਖਰਚਾ ਆਇਆ ਸੀ ਉਸ ਟਾਈਮ ਇਹ ਗੱਲ ਇਹ ਹੈ ਵੀ ਜ਼ਿੰਮੇਵਾਰੀ ਚ ਕਦੇ ਹਿਸਾਬ ਤਾਂ ਹੁੰਦਾ ਰੱਖਿਆ ਨਹੀਂ ਜਾਂਦਾ ਵੀ ਕਿੰਨਾ ਖਰਚ ਆਇਆ ਸੀ ਪਰ ਜਿਹੜਾ ਮੋਟਾ-ਮੋਟਾ ਜਿਹਾ ਹੈਗਾ ਹਿਸਾਬ ਬਾਈ ਕਿ ਜਦੋਂ ਬੂਟੇ ਆਪਾਂ ਲਏ ਆ ਆਪਾਂ ਨੂੰ 105 ਰੁਪਏ ਦੇ ਹਿਸਾਬ ਤੇ ਬੂਟਾ ਪਿਆ ਸੀਗਾ ਖੇਤ ਵਿੱਚ ਲਵਾ ਕੇ ਤੇ ਉਸ ਤੋਂ ਬਾਅਦ ਬਾਈ ਆਪਾਂ ਜਿਵੇਂ ਡ੍ਰਿਪ ਲਵਾਈ ਹੈ ਡ੍ਰਿਪ ਦਾ ਖਰਚਾ ਆ ਗਿਆ ਆਪਣਾ ਲਗਭਗ 140 ਦੇ ਕਰੀਬ ਤੇ ਜਿਹੜੀਆਂ ਉਹ ਫਿਰ ਖਾਲੀਆਂ ਕੁਲੀਆਂ ਟ੍ਰੈਂਚਿੰਗ ਕਰਵਾਈ ਸੀ ਖਾਲੀਆਂ ਪਟਵਾਈਆਂ ਟਰੈਕਟਰ ਤੋਂ ਉਹਦਾ ਖਰਚਾ 10000 ਰੁਪਇਆ ਸੀਗਾ ਤੇ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ 2.5 ਲੱਖ ਰੁਪਏ ਦੇ ਕਰੀਬ 2.2 ਦੇ ਕਰੀਬ ਆਪਣਾ ਖਰਚਾ ਆਇਆ ਤੇ ਹਾਂਜੀ ਭਾਈ ਜੀ ਇਹ ਇੱਕ ਅੱਜ ਦੇ ਸਮੇਂ ਜਿਹੜਾ ਹੁਣ ਮੌਜੂਦਾ ਚੱਲ ਰਿਹਾ ਹੈ ਉੱਥੇ ਮੈਂ ਦੇਖਿਆ ਕਈ ਵੀਰਾਂ ਤੋਂ ਸੁਣਿਆ ਵੀ ਐਤਕੀ ਜੋ ਬਾਗਬਾਨੀ ਦਾ ਫਲ ਹੈ ਬਹੁਤ ਡਿੱਗਿਆ ਹੈ ਬਹੁਤ ਘੱਟ ਫਲ ਹੈ ਪੌਦਿਆਂ ਨੂੰ ਕੀ ਉਹਦੇ ਵਿੱਚ ਦਿੱਕਤ ਹੈ ਬਾਈ ਦੇਖੋ ਆਪਣੇ ਤਾਂ ਚਲੋ ਹਜੇ ਪਲਾਂਟਸ ਛੋਟੇ ਐ ਫਲ ਨਹੀਂ ਚੱਕਿਆ ਇਹਨਾਂ ਨੇ ਇਸ ਸਾਲ ਤੇ ਬਟ ਕਈ ਪਲਾਂਟਸ ਦੇ ਫਲ ਹੈਗਾ ਵੀ ਬਹੁਤ ਸੋਹਣਾ ਫਲ ਹੈ ਤੇ ਪਰ ਦੇਖੋ ਆਪਾਂ ਜੇ ਕੁਝ ਕਹਾਂਗੇ ਤਾਂ ਸ਼ਾਇਦ ਉਹ ਜਲਦਬਾਜੀ ਹੈ ਵੈਸੇ ਤਾਂ ਕਹਿਣਾ ਪਰ ਜੋ ਮੇਰੀ ਰਿਸਰਚ ਹੈ ਜਾਂ ਮੈਂ ਕਈਆਂ ਆਪਣੇ ਭਰਾਵਾਂ ਨੂੰ ਪੁੱਛਿਆ ਜਾਂ ਉਹਨਾਂ ਨੇ ਮੈਨੂੰ ਦੱਸਿਆ ਉਹਦੇ ਅਕੋਰਡਿੰਗ ਤਾਂ ਇਹੀ ਹੈ ਕਿ ਇਸ ਵਾਰ ਜਿਹੜਾ ਵੈਦਰ ਸੀ ਉਹ ਇਹਦੇ ਅਨੁਕੂਲ ਨਹੀਂ ਸੀਗਾ ਤੇ ਲਾਸਟ ਈਅਰ ਇੱਕ ਹੋਰ ਵੀ ਦਿੱਕਤ ਰਹੀ ਹੈ ਕਿ ਜਿਹੜਾ ਲਾਸਟ ਈਅਰ ਦਾ ਫਲ ਸੀਗਾ ਟੁੱਟਣ ਦੇ ਵਿੱਚ ਬਹੁਤ ਟਾਈਮ ਲੱਗ ਗਿਆ ਸੀ ਕਿਉਂਕਿ ਪਿਛਲੇ ਸਾਲ ਕਰੋਨਾ ਕਰਕੇ ਬਾਹਰ ਨਹੀਂ ਗਿਆ ਫਲ ਤੇ ਉਹ ਟੁੱਟਿਆ ਨਹੀਂ ਕਹ ਲੋ ਟਾਈਮ ਤੇ ਤੇ ਜਿਹੜਾ ਫਾਲ ਟੁੱਟਦੇ ਟੁੱਟਦੇ ਇਹਦਾ ਜਿਹੜਾ ਫਲਾਵਰਿੰਗ ਦਾ ਟਾਈਮ ਸੀ ਉਹ ਨਿਕਲ ਗਿਆ ਸੀ। ਬਾਈ ਜੀ ਹੁਣ ਮੌਸਮ ਬਹੁਤ ਗਰਮ ਹੋ ਰਿਹਾ ਹੈ। ਤਾਂ ਇਸ ਲਈ ਇਹਨੂੰ ਪਾਣੀ ਡੇਲੀ ਦੇਣਾ ਪੈਂਦਾ ਜਾਂ ਕਿੰਨਾ ਇਹ ਪੌਦੇ ਨੂੰ ਪਾਣੀ ਪਾਉਂਦੀ ਹੈ ਡ੍ਰਿਪ ਤੇ ਜਿਹੜਾ ਇੰਜਨ ਚੱਲਦਾ ਹੈ ਆਪਣਾ ਇਹ ਤੇ ਇਹਨੂੰ ਕਿੰਨਾ ਘੰਟੇ ਦਾ ਡੀਜ਼ਲ ਖਾਂਦਾ ਹੈ ਉਹਦੇ ਬਾਰੇ ਵੀ ਤੁਸੀਂ ਦੱਸੋ। ਬਾਈ ਜਿਹੜੇ ਹਿਸਾਬ ਤੇ ਹੁਣ ਗਰਮੀ ਹੈ ਜੇ ਆਪਣੇ ਦੇਖਿਆ ਜਾਵੇ ਹੁਣ ਕੱਲ ਦੀ ਗੱਲ ਹੀ ਹੈ ਵੀ ਯਾਰ ਟੈਂਪਰੇਚਰ ਸੀ ਉਹ 47 ਪਲੱਸ ਹੋ ਗਿਆ ਸੀ ਕੱਲ ਮੈਂ ਪੜ੍ਹਿਆ ਸੀ ਕਿ 47.3 ਹੋ ਗਿਆ ਗੰਗਾ ਨਗਰ ਚ ਤੇ ਇੰਡੀਆ ਦਾ ਸਭ ਤੋਂ ਗਰਮ ਏਰੀਆ ਮੰਨਿਆ ਜਾਂਦਾ ਆਪਣਾ ਏਰੀਆ ਤੇ ਉਹ ਦੇ ਅਕੋਰਡਿੰਗ ਬਾਈ ਹੁਣ ਆਪਾਂ ਜਿਆਦਾ ਤਾਂ ਗਰਮੀ ਹੁਣ ਦੇਖੋ ਰੋਕ ਨਹੀਂ ਸਕਦੇ ਪਰ ਆਪਾਂ ਇਹ ਹੈ ਕਿ ਆਪਾਂ ਜਿਹੜੀਆਂ ਪ੍ਰਕੋਰਸ਼ਨਸ ਆ ਉਹ ਲੈ ਲੈਣੇ ਆ ਆਪਾਂ ਇਹਨੂੰ ਟਾਈਮ ਸਰ ਪਾਣੀ ਦੇਈ ਜਾਂਨੇ ਇੱਕ ਦਿਨ ਛੱਡ ਕੇ अर्ਲੀ ਮਾਰਨਿੰਗ ਆ ਕੇ ਚਲਾ ਦਈਦਾ ਤੇ ਲਗਭਗ 2 ਘੰਟੇ ਬਾਈ ਚਲਾਉਣੇ ਆ ਅਸੀਂ ਤੇ ਜੇ ਆਪਾਂ ਉਹਨਾਂ ਬਈ ਡ੍ਰਿਪ ਦੀ ਗੱਲ ਕਰੀਏ ਕਿ ਡ੍ਰਿਪ ਪਾਣੀ ਕਿੰਨਾ ਕੱਢਦੀ ਹੈ ਤਾਂ ਹਰੇਕ ਪਲਾਂਟ ਦੇ ਨਾਲ ਆਪਾਂ ਬਈ ਦੋ ਬਟਨ ਲਾਏ ਹੋਏ ਆ ਜਿਨ੍ਹਾਂ ਤੋਂ ਪਾਣੀ ਆਉਂਦਾ ਹੈ ਤੇ ਇੱਕ ਬਟਨ ਤੋਂ ਬਈ ਜੀ ਐਵਰੇਜ ਹੈ ਜਿਹੜੀ 8 ਲੀਟਰ ਪਰ ਘੰਟਾ ਤੇ ਜੇ ਆਪਾਂ ਬਈ ਗੱਲ ਕਰੀਏ ਕਿ ਦੋਨੇ ਬਟਨਾਂ ਤੋਂ 16 ਲੀਟਰ ਪਰ ਘੰਟਾ ਦੇ ਹਿਸਾਬ ਤੇ ਪਾਣੀ ਆਉਂਦਾ ਤਾਂ ਆਪਾਂ ਕਹਿ ਸਕਦੇ ਆ ਵੀ 32 ਕਿ ਲੀਟਰ ਵੀਰੇ ਪਾਣੀ ਆਪਾਂ ਹਰੇਕ ਇੱਕ ਦਿਨ ਛੱਡ ਕੇ ਦੇ ਰਹੇ ਆ ਇਹਨਾਂ ਨੂੰ ਤੇ ਜਿਹੜਾ ਆਪਣਾ ਬਾਈ ਪਾਣੀ ਦੀ ਤੁਸੀਂ ਗੱਲ ਕਰ ਰਹੇ ਸੀ ਆਪਣੇ ਜਿਵੇਂ ਇੰਜਨ ਲੱਗਿਆ ਹੋਇਆ ਡ੍ਰਿਪ ਸਿਸਟਮ ਨੂੰ ਜੋ ਚਲਾ ਰਿਹਾ ਹੈ ਇਹਦਾ ਕੋਈ ਖਰਚਾ ਜ਼ਿਆਦਾ ਨਹੀਂਗਾ ਤੇ ਆਪਣੇ 6.5 ਪਾਵਰ ਦਾ ਇੰਜਨ ਹੈ ਇਹ ਚ ਸਾਰੇ ਪਲਾਂਟਸ ਨੂੰ ਇਕੱਠਾ ਹੀ ਇਹ ਦਿੰਦਾ ਹਾਂ ਬਾਈ ਇਹ ਇਕੱਠਾ ਹੀ ਪਾਣੀ ਦੇ ਦਿੰਦਾ ਹੈ ਤੇ ਜਿਹੜਾ ਆਪਾਂ ਡੀਜ਼ਲ ਦਾ ਖਰਚਾ ਵੀ ਇਹ ਜ਼ਿਆਦਾ ਨਹੀਂਗਾ ਦੇਖਿਆ ਜਾਵੇ ਤਾਂ ਕਿਉਂਕਿ ਆਪਣੇ 600 ਪਲਾਂਟ ਲੱਗਿਆ ਹੋਇਆ ਟੋਟਲ ਤੇ ਇਹਨੂੰ ਆਪਾਂ ਅਸੀਂ ਐਵਰੇਜ ਤਾਂ ਵੈਸੇ ਕੱਢੀ ਨਹੀਂ ਪਰ ਆਪਾਂ 350 400 ਐਮਐਲ ਪਰ ਘੰਟੇ ਦੇ ਹਿਸਾਬ ਤੇ ਇਹ ਖਰਚਾ ਜਿਹੜਾ ਆਪਾਂ ਨੂੰ ਆ ਰਿਹਾ ਹੈ ਤੇਲ ਦਾ ਭਾਈ ਜੀ ਵਿੱਚ ਆਪਾਂ ਇਹ ਵੀ ਦੇਖਿਆ ਕਿ ਜਿਹੜੇ ਪਲਾਂਟਸ ਨੇ ਫਲ ਚੱਕ ਰੱਖਿਆ ਹੈ ਤੋਂ ਵਿੱਚ ਵਿੱਚ ਦਾਗ ਹੀ ਹੋ ਰਿਹਾ ਤੇ ਉਹਦੇ ਬਾਰੇ ਕੋਈ ਤੁਸੀਂ ਕੀ ਸਲਾਹ ਲਈਏ ਕਿਸੇ ਤੋਂ ਹਾਂਜੀ ਹਾਂਜੀ ਭਾਈ ਇਹ ਆਪਾਂ ਨੂੰ ਕਈ ਬੰਦਿਆਂ ਨੇ ਹੋਰ ਵੀ ਪੁੱਛਿਆ ਸੀ ਕਈ ਭਰਾਵਾਂ ਨੇ ਜਿਹੜੇ ਆ ਜਾਂਦੇ ਨੇ ਨੇੜੇ ਆਪਣੇ ਭਰਾ ਜਿਹੜੇ ਉਹ ਪੁੱਛਦੇ ਵੀ ਆਹ ਬਾਈ ਕਿਵੇਂ ਦਾਗੀ ਕਿਵੇਂ ਆ ਕੋਈ ਟ੍ਰੀਟਮੈਂਟ ਨਹੀਂ ਕੀਤਾ ਬਾਈ ਜੀ ਐਤ ਕੀ ਆਪਾਂ ਟ੍ਰੀਟਮੈਂਟ ਤਾਂ ਨਹੀਂ ਕੀਤਾ ਕਿਉਂਕਿ ਆਪਾਂ ਇਹ ਸਾਰਾ ਫਲ ਤੋੜਨਾ ਹੈ ਕਿਉਂਕਿ ਪਹਿਲੇ ਵਾਰੀ ਦਾ ਕਿਸੇ ਕਿਸੇ ਪਲਾਂਟ ਨਹੀਂ ਚੱਕਿਆ ਕਿਸੇ ਨੇ ਨਹੀਂ ਚੱਕਿਆ ਤਾਂ ਐਤ ਕੀ ਫਿਰ ਅਸੀਂ ਐਸੇ ਕਰਕੇ ਨਹੀਂ ਕੀਤਾ ਸਾਡੀ ਕੋਸ਼ਿਸ਼ ਇਹੀ ਹੈ ਕਿ ਵੀ ਆਪਾਂ ਘੱਟ ਤੋਂ ਘੱਟ ਪੈਸਟੀਸਾਈਡਜ਼ ਇਨਸੈਕਟੀਸਾਈਡਜ਼ ਦਾ ਯੂਜ਼ ਕਰੀਏ ਕਿਉਂਕਿ ਉਹ ਹੀ ਹੈ ਕਿ ਇਹ ਵਾਤਾਵਰਣ ਲਈ ਵੀ ਹਾਨੀਕਾਰਕ ਹੈ ਤੇ ਆਪਣੀ ਬਾਈ ਸਿਹਤ ਲਈ ਵੀ ਹਾਨੀਕਾਰਕ ਹੈ ਚਲੋ ਮਜਬੂਰੀ ਹੋ ਜਾਂਦੀ ਕਈ ਵਾਰੀ ਆਪਾਂ ਨੂੰ ਇਨਸਾਨ ਨੂੰ ਕਿਸਾਨਾਂ ਨੂੰ ਆਪਾਂ ਨੂੰ ਪੈਸਟੀਸਾਈਡ ਇਨਸੈਕਟੀਸਾਈਡ ਯੂਜ਼ ਕਰਨਾ ਪੈਂਦਾ ਪਰ ਹੁਣ ਹੋਈ ਹੈ ਕਿ ਜਦੋਂ ਇਸ ਵਾਰੀ ਆਪਾਂ ਨੂੰ ਇੰਨੀ ਨਹੀਂ ਜ਼ਰੂਰਤ ਸੀਗੀ ਕਿਉਂਕਿ ਆਪਾਂ ਹੁਣ ਫਰੂਟ ਤੋੜਨਾ ਹੀ ਆ ਥੋੜੇ ਟਾਈਮ ਤੱਕ ਤਾਂ ਆਪਾਂ ਐਸੇ ਕਰਕੇ ਇਸ ਵਾਰ ਗੁਰੇਜ ਹੀ ਕੀਤਾ ਕਿ ਨਾ ਆਪਾਂ ਯੂਜ਼ ਕਰੀਏ ਹੁਣ ਆਪਾਂ ਬਾਈ ਜੀ ਨੂੰ ਇਹ ਪੁੱਛਦੇ ਆਂ ਵੀ ਇਹਨਾਂ ਨੇ ਡ੍ਰਿਪ ਸਿਸਟਮ ਜੋ ਲਗਾ ਰੱਖਿਆ ਹੈ ਲਗਭਗ ਇਹਨੂੰ ਲੱਗੇ ਨੂੰ 2.5 ਸਾਲ ਹੋ ਗਏ ਤੇ ਇਹਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ ਬਾਈ ਜੀ ਤੁਹਾਨੂੰ ਨਹੀਂ ਨਹੀਂ ਬਾਈ ਹਜੇ ਤੱਕ ਤਾਂ ਕੋਈ ਦਿੱਕਤ ਨਹੀਂ ਜੀ ਤੇ ਬਹੁਤ ਸੋਹਣਾ ਚੱਲ ਰਿਹਾ ਹੈ ਬਿਲਕੁਲ ਐਂ ਚੱਲਦਾ ਵੀ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਅੱਜ ਹੀ ਲਾਇਆ ਉਸੇ ਤਰ੍ਹਾਂ ਦੀ ਚੱਲ ਰਿਹਾ ਆ ਦੇਖੋ ਬਾਈ ਨੇ ਜੋ ਡ੍ਰਿਪ ਸਿਸਟਮ ਆਪਾਂ ਚਲਾਉਨੇ ਆ ਇਹਦੇ ਵਾਸਤੇ ਪਾਣੀ ਸਟੋਰ ਕਰਨਾ ਬਹੁਤ ਜ਼ਰੂਰੀ ਹੈ ਵੈਸੇ ਵੀ ਆਪਣੇ ਇਸ ਸਮੇਂ ਜਾ ਕੇ ਪਾਣੀ ਦੀ ਥੋੜੀ ਤੰਗੀ ਰਹਿੰਦੀ ਹੈ ਤਾਂ ਆਪਾਂ ਨੂੰ ਬੰਦੀ ਵੀ ਆਉਂਦੀ ਹੈ ਪਾਣੀ ਦੀ ਤਾਂ ਆਪਾਂ ਨੂੰ ਪਾਣੀ ਸਟੋਰ ਕਰਨ ਵਾਸਤੇ ਡਿੱਗੀ ਬਹੁਤ ਜ਼ਰੂਰੀ ਹੈ ਤੇ ਬਾਈ ਨੇ ਆਹ ਡਿੱਗੀ ਬਣਾਈ ਹੈ ਦੇਖਣ ਤਾਂ ਬਹੁਤ ਵੱਡੀ ਲੱਗਦੀ ਹੈ ਪੁੱਛਦੇ ਆ ਬਾਈ ਨੂੰ ਬਾਈ ਜੀ ਕੀ ਸਾਈਜ਼ ਦੀ ਹੈ ਡਿੱਗੀ ਬਈ ਇਹ 102 ਬਾਈ 102 ਦੀ ਹੈ ਤੇ ਜੇ ਆਪਾਂ ਫੁੱਲ ਭਰੀ ਹੋਵੇ ਇਹ ਤੇ 6-7 ਵਿੱਗੇ ਆਪਣੀ ਕਿਉਂਕਿ ਵਿੱਗੇ ਹੁੰਦੇ ਹਨ ਨਾ 5 ਕਨਾਲ ਦੇ ਤੇ 6-7 ਵਿੱਗੇ ਪਾਣੀ ਇਹ ਰੌਣੀ ਕੱਢ ਦਿੰਦੀ ਹੈ ਹਾਂਜੀ ਬਾਕੀ ਆ ਦੇਖੋ ਬਾਈ ਨੇ ਹੁਣ ਵਾਹਣ ਲਗਭਗ ਦੂਜਾ ਜਿਹੜਾ ਫਰੀ ਹੈ ਇਹਨੂੰ ਚੰਝੂ ਹਲਾ ਨਾਲ ਵਾਹ ਕੇ ਰੱਖਿਆ ਤਾਂ ਜੋ ਮਿੱਟੀ ਆਪਣੀ ਉਪਜਾਊ ਬਣੀ ਰਹੇ ਬਾਕੀ ਜੋ ਨਦੀਨ ਹੈ ਕਾ ਫੂਸਾ ਉਹ ਸੁੱਕ ਜਾਣ ਤੇ ਬਹੁਤ ਸੋਹਣੀ ਜ਼ਮੀਨ ਵਾਹ ਕੇ ਰੱਖੀ ਹੈ ਭਾਈ ਨੇ ਇਸ ਬਾਗ ਦੇ ਵਿੱਚ ਪਿੱਛੇ ਸਰੋਂ ਬੀਜੀ ਸੀ ਜੋ ਕਿ ਉਸ ਦੀ ਵੀ ਪੈਦਾਵਾਰ ਵਧੀਆ ਰਹੀ ਹੈ ਤੇ ਬਾਈ ਨੂੰ ਪੁੱਛਦੇ ਆਂ ਵੀ ਤੁਸੀਂ ਅੱਗੇ ਸੋਨੀ ਦੀ ਫਸਲ 'ਚ ਵੀ ਇਸ ਵਿੱਚ ਕੋਈ ਫਸਲ ਬੀਜੋਗੇ ਜਾਂ ਇਹਨੂੰ ਬੇਲਾ ਹੀ ਰੱਖੋਗੇ ਕਿਉਂਕਿ ਆਪਣੇ ਬਾਗ ਦਾ ਵੀ ਇਹ ਵਿੱਚ ਕੋਈ ਨੁਕਸਾਨ ਨਾ ਹੋਵੇ ਹਾਂਜੀ ਹਾਂਜੀ ਭਾਈ ਜੀ ਆਪਾਂ ਜੇ ਪਿਛਲੀ ਵਾਰੀ ਸਰੋਂ ਆਪਣੀ ਵਧੀਆ ਝਾੜ ਦੇ ਗਈ ਸੀ ਕਿਉਂਕਿ ਹੁਣ ਦੇਖਿਆ ਜਾਵੇ ਤਾਂ ਅੱਧੀ ਜ਼ਮੀਨ ਹੀ ਰਹਿ ਜਾਂਦੀ ਹੈ ਜੇ ਬੂਟੇ ਵਿੱਚ ਆਪਣੇ ਜਿਹੜੇ ਪਲਾਂਟਸ ਲੱਗੇ ਹੋਏ ਐ ਇਹ ਸਾਰੇ ਇਹਨਾਂ ਦੇ ਹਿਸਾਬ ਤੇ ਤਾਂ ਆਪਾਂ ਜੇ ਆਪਾਂ ਹੁਣ 7 ਵਿੱਗੇ ਲਾਇਆ ਹੋਇਆ ਤਾਂ ਆਪਣਾ ਮੰਨ ਕੇ ਚੱਲੀਏ ਵੀ 5 ਵਿੱਗੇ ਹੀ ਫਸਲ ਪਾਲਦੀ ਐ ਤੇ ਹੁਣ ਅੱਗੇ ਬਾਈ ਜੀ ਪਲਾਨ ਇਹ ਐ ਵੀ ਇਹਦੇ ਵਿੱਚ ਮੂੰਗੀ ਬੀਜਾਂਗੇ ਹੋਰ 15-20 ਦਿਨ ਤੱਕ ਉਦੋਂ ਨੂੰ ਨਹਿਰ ਦਾ ਪਾਣੀ ਵੀ ਆ ਜਾਊਗਾ ਫਿਰ ਔਣੀ ਕੱਢਾਂਗੇ ਤੇ ਨਾਲੇ ਤਾਂ ਪਲਾਂਟਸ ਨੂੰ ਖੁੱਲਾ ਪਾਣੀ ਲੱਗ ਜੂਗਾ ਭਰ ਕੇ ਤੇ ਨਾਲੇ ਬਾਈ ਆਪਣੇ ਮੂੰਗੀ ਹੋ ਜੂਗੀ ਕਿਉਂਕਿ ਮੂੰਗੀ ਦਾ ਰੇਟ ਵੀ ਸੁੱਖ ਨਾਲ ਚੰਗਾ ਰਹਿੰਦਾ ਤੇ ਹੋ ਵੀ ਵਧੀਆ ਜਾਂਦੀ ਐ ਭਾਈ ਜੀ ਇੱਕ ਪਾਈਪ ਚ ਪਾਣੀ ਜ਼ਿਆਦਾ ਨਿਕਲ ਰਿਹਾ ਹੈ ਇਹ ਕੀ ਗੱਲ ਹੋਈ ਹੈ ਹਾਂਜੀ ਹਾਂਜੀ ਭਾਈ ਇਹ ਜਦੋਂ ਵਾਹੁੰਦੇ ਸੀ ਉਸ ਦਿਨ ਹਾਲ ਥੋੜਾ ਜ਼ਿਆਦਾ ਨੇੜੇ ਆ ਗਿਆ ਸੀ ਇਹਦੇ ਤੇ ਉਹਦੇ ਕਰਕੇ ਇਹ ਪਾਈਪ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਗਈ ਇਹ ਜੋੜ ਲੱਗ ਜਾਊਗਾ ਕੋਈ ਦਿੱਕਤ ਨਹੀਂ ਗਈ ਚਲੋ ਇੱਕ ਬਾਕੀ ਇਹ ਸੋਚ ਲਈਦਾ ਚਲੋ ਕੋਈ ਪਖਸ਼ੀ ਪਾਣੀ ਪੀ ਲੈਣਗੇ ਤੇ ਚਲੋ ਥੋੜਾ ਪਾਣੀ ਇੱਥੇ ਵੈਸੇ ਵੱਧ ਆ ਰਿਹਾ ਥੋੜਾ ਇਹ ਬੂਟਾ ਹੀ ਕਮਜ਼ੋਰਾ ਸੀਗਾ ਇਹ ਨਾਲ ਥੋੜਾ ਜਾਉਣ ਚਲੋ ਵਾਵਾ ਹੋ ਜਾਊਗਾ ਗਰਮੀ ਗਰਮੀ ਸੈਣ ਕਰ ਜੂ ਬਹੁਤ ਵਧੀਆ ਗੱਲ ਹੈ ਬਾਈ ਜੀ ਪੰਛੀ ਹਰਿਆਲੀ ਤੇ ਹੀ ਆਉਂਦੇ ਜਿੱਥੇ ਪਾਣੀ ਹੁੰਦਾ ਜਾਂ ਉੱਥੇ ਆਉਂਦੇ ਆ ਤਾਂ ਇਹਨਾਂ ਨੂੰ ਇਹਦਾ ਹੀ ਆਸਰਾ ਹੈ ਗਰਮੀਆਂ 'ਚ ਤਾਂ ਵੈਸੇ ਵੀ ਆਪਾਂ ਪੰਛੀਆਂ ਵਾਸਤੇ ਪਾਣੀ ਰੱਖਦੇ ਆਂ ਤੇ ਹਰਿਆਲੀ ਦੇਖ ਕੇ ਇੱਥੇ ਆ ਜਾਂਦੇ ਆ ਇੱਥੇ ਬਗਲੇ ਫਿਰਦੇ ਆ ਬਹੁਤ ਸੋਹਣਾ ਲੱਗਦਾ ਆਉਦੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਜੇ ਕੋਈ ਜਾਨਵਰ ਆਉਂਦੇ ਆ ਪੰਛੀ ਹੋਰ ਵੀ ਸਹੇ ਵਗੈਰਾ ਪਾਣੀ ਪੀਣ ਆ ਜਾਂਦੇ ਇੱਥੇ ਕਿਉਂਕਿ ਨੇੜੇ-ਤੇੜੇ ਕੋਈ ਪਾਣੀ ਨਹੀਂ ਹੈ ਤੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਬਾਈ ਇਹ ਤੇ ਹੁਣ ਜਿਵੇਂ ਪਰੇ ਪੰਛੀ ਦੀ ਆਵਾਜ਼ ਆਪਾਂ ਨੂੰ ਆ ਹੀ ਰਹੀ ਹੈ ਕਾਫੀ ਪੰਛੀ ਬੈਠੇ ਆ ਤੇ ਇਹ ਟਾਲੀਆਂ ਆਏਗੀਆਂ ਆਪਣੇ ਟਾਲੀਆਂ ਤੇ ਬੈਠੇ ਹੁੰਦੇ ਕਈ ਵਾਰੀ ਹਾਂਜੀ ਹਾਂਜੀ ਦੇਖਿਆ ਆਪਾਂ ਇੱਥੇ ਜਟੇੜੀਆਂ ਵੀਡੀਆਂ ਫਰਦੀਆਂ ਉਹਨਾਂ ਨੇ ਬੱਚੇ ਇੱਥੇ ਆਂਡੇ ਦੇ ਰੱਖੇ ਕੱਢ ਰੱਖੇ ਆਪਣੇ ਤਾਂ ਹਰਿਆਲੀ ਨੂੰ ਹੀ ਦੇਖ ਕੇ ਆਉਂਦੇ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਾਕੀ ਸੋਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਕਿ ਤੁਸੀਂ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਆਪਣੇ ਖੇਤੀਬਾੜੀ ਧੰਦੇ ਨਾਲ ਜੁੜੇ ਹੋਇਓ ਬਾਗਬਾਨੀ ਹੈ ਬਹੁਤ ਸੋਹਣਾ ਕੰਮ ਹੈ ਬਾਕੀ ਛੋਟਾ ਬਾਗ ਬਹੁਤ ਹੀ ਸੋਹਣੀ ਗ੍ਰੋਥ ਕੀਤੀ ਹੈ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੇ ਰੱਬ ਤਰੱਕੀਆਂ ਬਖਸ਼ੇ। थैंक यू भाई थैंक यू जी। ਠੀਕ ਹੈ ਬਾਈ ਜੀ। ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਇਸ ਪੇਜ ਨੂੰ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਾਂ ਦੁਬਾਰਾ ਫੇਰ ਮਿਲਦੇ ਹਾਂ।